ਇਹ ਛੱਤ ਜੀ ਬਾਰਿਸ਼ ਪੈਂਦੀ ਦੇ ਵਿੱਚ ਡਿੱਗਣੀ ਸ਼ੁਰੂ ਹੋ ਗਈ ਜੀ, ਅਤੇ ਇਹ ਪਰਿਵਾਰ ਵਿਚਾਰਾ ਬਹੁਤ ਗਰੀਬ ਹੈ, ਬਾਹਰ ਬੈਠੇ ਸੀਗੇ ਸਾਰਾ ਮਸਾ ਮੁਸ਼ਕਿਲ ਨਾਲ ਬਾਹਰ ਨਿਕਲਿਆ ਪਰਿਵਾਰ ਸਾਰਾ, ਅਤੇ ਛੱਤ ਲਗਾਤਾਰ ਹੀ ਡਿੱਗ ਰਹੀ ਸੀ, ਹੌਲੀ ਹੌਲੀ ਸਾਰੀ ਛੱਤ ਇੱਕਦਮ ਹੀ ਆ ਕੇ ਡਿੱਗ ਪਈ। ਅਤੇ ਨੀਚੇ ਕੋਈ ਬੈਠਦਾ ਨਹੀਂ ਸੀਗਾ ਥੱਲੇ? ਕੋਈ ਬਾਹਰ ਕੱਢ ਰਹੇ ਸੀ ਜੀ। ਕੋਈ ਸੱਟਾਂ ਤਾਂ ਨਹੀਂ ਵੱਜੀਆਂ ਗਏ? ਸੱਟਾਂ ਤੋਂ ਵੱਜ ਗਏ ਜੀ, ਬਜ਼ੁਰਗ ਦਾ 80-85 ਸਾਲ ਦਾ, ਉਹ ਵੀ ਬੜੀ ਮੁਸ਼ਕਿਲ ਨਾਲ ਖਿੱਚ ਕੇ ਬਾਹਰ ਕੱਢਿਆ ਜੀ। ਇਹ ਬਾਰਿਸ਼ ਕਰਕੇ ਹੀ ਹੋਇਆ ਜੀ ਸਾਰਾ? ਇਹ ਸਾਰਾ ਕੁਛ ਬਾਰਿਸ਼ ਕਰਕੇ ਹੀ ਹੋਇਆ ਜੀ, ਤੇਜ਼ ਬਾਰਿਸ਼ ਦੇ ਵਿੱਚ ਡਿੱਗਣਾ ਸ਼ੁਰੂ ਹੋਇਆ ਜੀ। ਕਿੰਨਾ ਕੁ ਨੁਕਸਾਨ ਕਿੰਨਾ ਹੋ ਗਿਆ? ਨੁਕਸਾਨ ਜੀ, ਜੋ ਇਹਨਾਂ ਦਾ ਸਮਾਨ ਪੇਟੀ ਵਗੈਰਾ ਸੋਫਾ ਬੈੱਡ ਵਗੈਰਾ ਸੀ ਸਾਰਾ ਟੁੱਟ ਗਿਆ ਜੀ। ਅਤੇ ਰਹਿੰਦੇ ਕਿੱਥੇ ਹੁਣ? ਰਹਿੰਦੇ ਬਾਹਰ ਹੀ, ਮੈਂ ਕੋਈ ਆਪਣਾ ਹੋਰ ਇਹਨਾਂ ਕੋਲ ਤਾਂ ਸਾਧਨ ਹੈ ਨਹੀਂ ਬਹਿਣ ਦਾ। ਮੰਗ ਇਹੀ ਹੈ ਜੀ, ਮੌਸਮ ਬਹੁਤ ਖਰਾਬ ਆ, ਪਤਾ ਕੋਈ ਨਹੀਂ ਕਿ ਕਦੋਂ ਫਿਰ ਬਾਰਿਸ਼ ਸ਼ੁਰੂ ਆ ਜਾਣੀ ਆ। ਇਹ ਵਿਚਾਰਾ ਮਜ਼ਦੂਰ ਬੰਦਾ, ਪਹਿਲਾਂ ਇਹਦੇ ਕਿਤੇ ਸੱਟਾਂ ਵੱਜ ਗਈਆਂ ਸੀ, 2-3 ਮਹੀਨੇ ਪਿਆ ਰਿਹਾ, ਹੁਣ ਥੋੜ੍ਹਾ ਬੜਾ ਕੰਮ ਕਰਨ ਲੱਗਾ ਸੀ ਅਤੇ ਆਹ ਘਟਨਾ ਵਾਪਰ ਗਈ। ਹੁਣ ਮੀਂਹ ਦੇ ਵਿੱਚ ਇੰਨੇ ਦਿਨ ਇਹਨਾਂ ਨੂੰ ਬਾਹਰ ਵੀ ਕੋਈ ਕੌਣ ਕਟਾਊਗਾ ਜੀ, ਰੋਟੀ ਪਾਣੀ ਦਾ ਵੀ ਔਖਾ ਹੋਇਆ, ਕਿੱਥੇ ਰੋਟੀ ਪਾਣੀ ਬਣਾਉਣਗੇ ਇਹ? ਕੌਣ ਕੌਣ ਹੈ ਵੀਰੇ ਘਰੇ? ਇਹ ਕੌਣ? ਇੱਥੋਂ ਦਾ ਜੀ ਇੱਕ ਬਜ਼ੁਰਗ ਆ ਜੀ, 80 ਸਾਲ ਦਾ, ਇੱਕ ਇਹਨਾਂ ਦਾ ਲੜਕਾ ਖੜ੍ਹਾ ਇਹ ਨਾਲ ਆ, ਨੂੰਹ ਆ, ਪੋਤ ਨੂੰਹ ਆ, ਲੜਕੀ ਆ ਕੁਆਰੀ, ਛੋਟਾ ਬੱਚਾ, ਸਾਰਾ ਪਰਿਵਾਰ ਬਹੁਤ ਜ਼ਿਆਦਾ ਗਰੀਬ ਆ ਜੀ। ਸੱਤ ਜੀ ਬਾਰਿਸ਼ ਆਈ ਸੀਗੀ, ਬਾਰਿਸ਼ ਦਾ ਕਰਕੇ ਇਸ ਕਰਕੇ ਸੱਤ ਡਿੱਗ ਪਈ, ਡਿੱਗਦੀ ਡਿੱਗਦੀ ਸਾਰੇ ਡਿੱਗ ਪਈ, ਗਰੀਬ ਹੈਗੇ ਆ। ਕਿੰਨਾ ਉਦੋਂ ਅੰਦਰ ਸੁੱਤਾ ਪਿਆ ਸੀ, ਕੋਈ ਬੈਠਾ ਸੀਗਾ? ਹਾਂਜੀ, ਅੰਦਰ ਬੈਠੇ ਸੀ, ਬੇਟੀ ਸੀ, ਨੂੰਹ ਸੀ, ਬਜ਼ੁਰਗ ਸੀਗੇ, ਫਿਰ ਇਹਨਾਂ ਨੇ ਰੌਲਾ ਰੌਲਾ ਪਾਇਆ ਵੀ ਚੱਲ ਸਾਰੇ ਬਾਹਰ ਕੱਢ ਲਏ, ਬੱਚਤ ਹੋ ਗਈ ਆ, ਪਰ ਵੀ ਸਮਾਨ ਦਾ ਨੁਕਸਾਨ ਬਹੁਤ ਹੋ ਗਿਆ ਵੀ। ਹੁਣ ਇਸ ਵਕਤ ਅਸੀਂ ਬਾਹਰ ਬੈਠੇ ਹਾਂ ਵੀ ਅੰਦਰ ਰੁਕ ਟੁੱਕ ਪਕਾਉਣ ਨੂੰ ਵੀ ਕੋਈ ਜਗ੍ਹਾ ਹੈ ਨਹੀਂ ਗੀ। ਹਾਂਜੀ, ਘਰਵਾਲਾ ਕੀ ਕਰਦਾ ਤੁਹਾਡਾ ਜੀ? ਘਰ ਮਜ਼ਦੂਰ ਵੀ ਕਰਦਾ ਜੀ, ਦਿਹਾੜੀ ਤੱਕ ਕਰਦਾ, 7 ਵਜੇ ਨੂੰ 3 ਮਹੀਨੇ ਹੋ ਗਏ ਹੁਣ ਮਾੜਾ ਜਿਹਾ ਉੱਠੇ ਆ। ਕਿੰਨਾ ਕੁ ਨੁਕਸਾਨ ਹੋ ਗਿਆ, ਕੀ ਮੰਗ ਕੀ ਕਰਦੇ ਹੋ? ਮੰਗ ਜੀ ਬਸ ਸਾਡੇ, ਚੱਲ ਮਕਾਨ ਬਣ ਜਾ ਵੀ, ਨੁਕਸਾਨ ਹੋ ਗਿਆ, ਬੈੱਡ ਪੇਟੀ ਸਾਰਾ ਕੁਛ ਅੰਦਰ ਸਮਾਨ ਪਿਆ ਸੀਗਾ। ਨੁਕਸਾਨ ਤਾਂ ਜੀ ਸਾਡਾ ਰਾਹਾਂ ਸਮਾਨ ਦਾ ਹੋ ਗਿਆ ਜੀ, ਜਾਨੀ ਨੁਕਸਾਨ ਸਾਡਾ ਬਚ ਕੇ ਜੀ, ਮੀਂਹ ਆ ਗਿਆ ਜੀ, 7 ਵਜੇ ਦੂਰ ਰਹੇ, ਮੈਂ 3 ਮਹੀਨੇ ਪਹਿਲਾਂ ਮੰਜੇ 'ਤੇ ਪਿਆ ਰਿਹਾ, 7 ਵਜੇ ਸੀ, ਹੁਣ ਹੀ ਉੱਠਿਆ ਸੀ, ਹੁਣ ਹੀ ਕੰਮ 'ਤੇ ਜਾਣਾ ਸੀ। ਕਦੋਂ ਹੋਇਆ, ਕਦੋਂ ਹਾਦਸਾ ਹੈ? ਇਹ ਜਿਸ ਦਿਨ ਜ਼ਿਆਦਾ ਮੀਂਹ ਆਇਆ ਜੀ, ਉਸ ਦਿਨ ਬਾਰਿਸ਼ ਕਰਕੇ ਡਿੱਗੀ ਹੈ? ਬਾਰਿਸ਼ ਕਰਕੇ ਨਹੀਂ। ਅਤੇ ਹਾਲਤ ਪਹਿਲਾਂ ਹੀ ਖਰਾਬ ਸੀ ਜਾਂ ਕਿਵੇਂ? ਪਹਿਲਾਂ ਤਾਂ ਘੱਟ ਸੀਗੀ ਜੀ, ਮੀਂਹ ਨਾ ਜ਼ਿਆਦਾ, ਪਹਿਲਾਂ ਤਾਂ ਠੀਕ ਸੀ, ਵਿੱਚ ਪੈਂਦੇ ਪੈਂਦੇ ਸੀ, ਸੌਂਦੇ ਸੀ, ਰੋਟੀ ਪਾਣੀ ਖਾਂਦੇ ਸੀ, ਸਾਰਾ ਕੁਛ ਖਾਂਦੇ ਸੀ। ਅਤੇ ਜਦੋਂ ਛੱਤ ਡਿੱਗੀ ਉਦੋਂ ਕੋਈ ਥੱਲੇ ਦੇ ਹੈ ਤਾਂ ਨਹੀਂ ਸੀਗਾ ਅੰਦਰ? ਕੰਮ ਸੀਗੇ, ਬਜ਼ੁਰਗ ਸੀਗੇ, ਰੋਟੀ ਖਾਈ ਜਾਂਦੇ ਸੀ, ਇਹਨਾਂ ਨੂੰ ਫਿਰ ਮੇਰੀ ਬੇਟੀ ਨੇ, ਨੂੰਹ ਨੇ, ਉਹਨੇ ਖਿੱਚ ਕੇ ਬਾਹਰ ਕੱਢਿਆ, ਜਦੋਂ ਪਤਾ ਲੱਗਿਆ ਵੀ ਡਿੱਗਣ ਲੱਗ ਗਈ ਛੱਤ, ਅਤੇ ਕੁਛ ਮੁਹੱਲੇ ਦੇ ਸਾਡੇ ਆਂਢ ਗੁਆਂਢ ਦੇ ਬੰਦੇ ਆ ਗਏ, ਵੀ ਪੈਂਦੇ ਸੀ, ਉਹਨਾਂ ਨੇ ਸਾਡਾ ਸਮਾਨ ਸਮੂਨ ਇੱਧਰ ਉੱਧਰ ਕਰਤਾ ਸੀ। ਸੱਟਾਂ ਵੀ ਨਹੀਂ ਵੱਜੀਆਂ? ਸੱਟ ਤੋਂ ਤਾਂ ਬੱਚਤ ਹੋ ਗਈ, ਉਸ ਤੋਂ ਪਹਿਲਾਂ ਬਜ਼ੁਰਗਾਂ ਨੂੰ ਖਿੱਚ ਲਿਆ ਸੀ ਬਾਹਰ, ਬਜ਼ੁਰਗ ਇੰਨੇ ਸੀਗੇ ਉਹਨਾਂ ਨੂੰ ਦਿਖਾਈ ਨਹੀਂ ਦਿੰਦਾ, ਬੱਚੇ ਰੋਟੀ ਖਾਣ ਹੀ ਲੱਗੇ ਸੀ, ਡਿੱਗਣਾ ਸ਼ੁਰੂ ਹੋ ਗਿਆ।